ਆਓ ਦੋਸਤੋ ਅੱਜ ਸੁਣਦੇ ਹਾਂ ਲਿਬਨਾਨੀ ਅਮਰੀਕੀ ਕਲਾਕਾਰ ਸ਼ਾਇਰ ਅਤੇ ਲੇਖਕ ਖਲੀਲ ਜ਼ਿਬਰਾਨ ਦੀ ਲਿਖੀ ਇੱਕ ਛੋਟੀ ਜਿਹੀ ਕਹਾਣੀ ਦੀ ਅਦਰ ਲੈਂਗੁਏਜ ਦਾ ਪੰਜਾਬੀ ਅਨੁਵਾਦ ਦੂਸਰੀ ਭਾਸ਼ਾ ਇਹ ਅਨੁਵਾਦ ਚਰਨ ਗਿਲ ਜੀ ਨੇ ਕੀਤਾ ਹੈ ਅਤੇ ਆਵਾਜ਼ ਅਜਕੀਰ ਦੀ ਮੈਨੂੰ ਪੈਦਾ ਹੋਏ ਅਜੇ 3 ਦਿਨ ਹੀ ਹੋਏ ਸਨ ਤੇ ਮੈਂ ਰੇਸ਼ਮੀ ਝੂਲੇ ਵਿੱਚ ਪਿਆ ਆਪਣੇ ਆਸ-ਪਾਸ ਦੇ ਸੰਸਾਰ ਨੂੰ ਬੜੀਆਂ ਅਚਰਜ ਭਰੀਆਂ ਨਿਗਾਹਾਂ ਨਾਲ ਵੇਖ ਰਿਹਾ ਸੀ ਉਦੋਂ ਮੇਰੀ ਮਾਂ ਨੇ ਮੇਰੀ ਆਇਆ ਤੋਂ ਪੁੱਛਿਆ ਕਿ ਮੇਆ ਮੇਰਾ ਬੱਚਾ ਆਇਆ ਨੇ ਜਵਾਬ ਦਿੱਤਾ ਉਹ ਬੜੇ ਮਜ਼ੇ ਵਿੱਚ ਐ ਮੈਂ ਉਹਨੂੰ ਹੁਣ ਤੱਕ ਤਿੰਨ ਵਾਰ ਦੁੱਧ ਪਿਆ ਚੁੱਕੀ ਆ ਇੰਨਾ ਖੁਸ਼ਦਿਲ ਬੱਚਾ ਮੈਂ ਅੱਜ ਤੱਕ ਨਹੀਂ ਦੇਖਿਆ ਮੈਨੂੰ ਉਸ ਦੀ ਗੱਲ ਤੇ ਬਹੁਤ ਗੁੱਸਾ ਆਇਆ ਤੇ ਮੈਂ ਚੀਕਣ ਲੱਗਾ ਮਾਂ ਇਹ ਸੱਚ ਨਹੀਂ ਕਹਿ ਰਹੀ ਮੇਰਾ ਬਿਸਤਰਾ ਬਹੁਤ ਸਖਤ ਹੈ ਇਹਨੇ ਜੋ ਦੁੱਧ ਬਲਾਇਆ ਉਹ ਬਹੁਤ ਕੌੜਾ ਸੀ ਤੇ ਇਹਦੇ ਦੁੱਧੂਆਂ ਵਿੱਚੋਂ ਵੀ ਬਹੁਤ ਪੜਾ ਮੁਸਕਾ ਰਿਹਾ ਮੈਂ ਬਹੁਤ ਦੁਖੀ ਆ ਪਰ ਨਾ ਤਾਂ ਮੇਰੀ ਮਾਂ ਨੂੰ ਹੀ ਮੇਰੀ ਗੱਲ ਸਮਝ ਵਿੱਚ ਆਈ ਤੇ ਨਾ ਹੀ ਉਸ ਆਇਆ ਨੂੰ ਕਿਉਂਕਿ ਮੈਂ ਜਿਸ ਭਾਸ਼ਾ ਵਿੱਚ ਗੱਲ ਕਰ ਰਿਹਾ ਸੀ ਉਹ ਤਾਂ ਉਸ ਦੁਨੀਆ ਦੀ ਭਾਸ਼ਾ ਸੀ ਜਿਸ ਦੁਨੀਆ ਤੋਂ ਮੈਂ ਆਇਆ ਸੀ ਤੇ ਫਿਰ ਜਦੋਂ ਮੈਂ 21 ਦਿਨ ਦਾ ਹੋਇਆ ਤੇ ਮੇਰਾ ਨਾਮ ਕਰਨ ਕੀਤਾ ਗਿਆ ਤਾਂ ਪਾਦਰੀ ਨੇ ਮੇਰੀ ਮਾਂ ਨੂੰ ਕਿਹਾ ਤੁਹਾਨੂੰ ਬਹੁਤ ਖੁਸ਼ ਹੋਣਾ ਚਾਹੀਦਾ ਏ ਕਿਉਂਕਿ ਤੁਹਾਡੇ ਬੇਟੇ ਦਾ ਤਾਂ ਜਨਮ ਹੀ ਈਸਾਈ ਦੇ ਰੂਪ ਵਿੱਚ ਹੋਇਆ ਏ ਮੈਂ ਇਸ ਗੱਲ ਤੋਂ ਬਹੁਤ ਹੈਰਾਨ ਹੋਇਆ ਮੈਂ ਉਸ ਪਾਦਰੀ ਨੂੰ ਕਿਹਾ ਫੇਰ ਤਾਂ ਸਵਰਗ ਵਿੱਚ ਤੁਹਾਡੀ ਮਾਂ ਨੂੰ ਬਹੁਤ ਦੁਖੀ ਹੋਣਾ ਚਾਹੀਦਾ ਕਿਉਂਕਿ ਤੁਹਾਡਾ ਜਨਮ ਤਾਂ ਇਸਾਈ ਦੇ ਰੂਪ ਵਿੱਚ ਹੋਇਆ ਹੀ ਨਹੀਂ ਸੀ ਪਰ ਪਾਦਰੀ ਵੀ ਮੇਰੀ ਭਾਸ਼ਾ ਨਹੀਂ ਸਮਝ ਸਕਿਆ ਫਿਰ 7 ਸਾਲ ਦੇ ਬਾਅਦ ਇੱਕ ਜੋਤਸ਼ੀ ਨੇ ਵੀ ਮੈਨੂੰ ਦੇਖ ਕੇ ਮੇਰੀ ਮਾਂ ਨੂੰ ਦੱਸਿਆ ਤੁਹਾਡਾ ਪੁੱਤਰ ਇੱਕ ਰਾਜਨੀਤਾ ਬਣ ਕੇ ਲੋਕਾਂ ਦੀ ਅਗਵਾਈ ਕਰੂਗਾ ਪਰ ਮੈਂ ચીਖ ਉੱਠਿਆ ਇਹ ਭਵਿੱਖਬਾਣੀ ਗਲਤ ਹੈ ਕਿਉਂਕਿ ਮੈਂ ਤਾਂ ਇੱਕ ਸੰਗੀਤਕਾਰ ਬਣਾਗਾ ਹੋਰ ਕੁਝ ਨਹੀਂ ਬਸ ਇੱਕ ਸੰਗੀਤਕਾਰ ਪਰ ਮੇਰੀ ਉਮਰ ਵਿੱਚ ਕਿਸੇ ਨੇ ਵੀ ਮੇਰੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ। ਮੈਨੂੰ ਇਸ ਗੱਲ ਉੱਤੇ ਬਹੁਤ ਹੈਰਾਨੀ ਹੋਈ। 33 ਸਾਲਾਂ ਬਾਅਦ ਮੇਰੀ ਮਾਂ, ਮੇਰੀ ਆਇਆ ਅਤੇ ਉਹ ਪਾਦਰੀ ਸਭ ਮਰ ਗਏ ਸਨ। ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਪਰ ਉਹ ਜੋਤਸ਼ੀ ਅਜੇ ਤੱਕ ਜਿੰਦਾ ਹੈ। ਕੱਲ ਮੈਂ ਉਸ ਜੋਤਸ਼ੀ ਨੂੰ ਮੰਦਿਰ ਦੇ ਬੂਹੇ ਤੇ ਮਿਲਿਆ। ਜਦੋਂ ਅਸੀਂ ਗੱਲਬਾਤ ਕਰ ਰਹੇ ਸਾਂ ਤਾਂ ਉਸਨੇ ਕਿਹਾ, ਮੈਂ ਸ਼ੁਰੂ ਤੋਂ ਹੀ ਜਾਣਦਾ ਸੀ ਕਿ ਤੁਸੀਂ ਮਹਾਨ ਸੰਗੀਤਕਾਰ ਬਣੋਗੇ। ਮੈਂ ਤਾਂ ਤੁਹਾਡੇ ਬਚਪਨ ਵਿੱਚ ਹੀ ਇਹ ਭਵਿੱਖਬਾਣੀ ਕਰ ਦਿੱਤੀ ਸੀ ਤੁਹਾਡੀ ਮਾਂ ਨੂੰ ਵੀ ਤੁਹਾਡੇ ਭਵਿੱਖ ਬਾਰੇ ਉਸੇ ਸਮੇਂ ਦੱਸ ਦਿੱਤਾ ਸੀ ਤੇ ਮੈਂ ਉਸ ਦੀ ਗੱਲ ਦਾ ਵਿਸ਼ਵਾਸ ਕਰ ਲਿਆ ਕਿਉਂਕਿ ਹੁਣ ਤੱਕ ਤਾਂ ਮੈਂ ਆਪ ਵੀ ਉਸ ਦੁਨੀਆ ਦੀ ਭਾਸ਼ਾ ਨੂੰ ਭੁੱਲ ਚੁੱਕਿਆ ਸੀ ਦੋਸਤੋ ਇਹ ਸੀ ਖਲੀਲ ਜਿਬਰਾਨ ਦੀ ਲਿਖੀ ਇੱਕ ਛੋਟੀ ਜਹੀ ਕਹਾਣੀ ਦੀ ਅਦਰ ਲੈਂਗੁਏਜ ਦਾ ਪੰਜਾਬੀ ਅਨੁਵਾਦ ਦੂਸਰੀ ਭਾਸ਼ਾ ਇਹ ਅਨੁਵਾਦ ਚਰਨ ਗਿਲ ਜੀ ਨੇ ਕੀਤਾ ਹੈ ਅਤੇ ਵਾਸੀ ਜਗਸੀਰ ਦੀ